ਅਸਲਾਮੁਅਲੈਕੁਮ ਰਹਿਮਤੁਲਲਾਹ ਜੀ। ਆ ਜਿਹੜੇ ਦੋਸਤਾਂ ਨੂੰ ਚਾਰ ਦਿਨ ਸ਼ਰਾਬੀ ਨਾਲ ਬੈਠਣ ਤੇ ਸ਼ਰਾਬ ਦੀ ਆਦਤ ਪੈ ਜਾਂਦੀ ਹੈ, ਇਹ ਕਿਸੇ ਸਿਗਰਟਾਂ ਵਾਲੇ ਨਾਲ ਬਹਿੰਦੇ ਨੇ ਤੇ ਸਿਗਰਟਾਂ ਦੀ ਆਦਤ ਪੈ ਜਾਂਦੀ ਹੈ, ਚਾਰ ਦਿਨ ਕਿਸੇ ਨਸਵਾਰ ਖਾਣ ਵਾਲੇ ਨਾਲ ਬੈਠਣ ਤੇ ਨਸਵਾਰ ਦੀ ਆਦਤ ਪੈ ਜਾਂਦੀ ਹੈ। ਮਜ਼ਾ ਫੇਰ ਹੈ ਕਿ ਰਮਜ਼ਾਨ ਮੁਬਾਰਕ ਦੇ ਮਹੀਨੇ 'ਚ ਰੋਜ਼ੇ ਰੱਖਣ, ਪੰਜ ਵਕਤ ਨਮਾਜ਼ ਪੜ੍ਹਨ ਅਤੇ ਈਦ ਤੋਂ ਬਾਅਦ ਫਿਰ ਮਸੀਤੇ ਜਦੋਂ ਆਉਣ ਤਾਂ ਬੰਦੇ ਪੁੱਛਣ, ਖੈਰ ਹੈ ਤੂੰ ਕਿੱਧਰ? ਆਖਣ, ਯਾਰ ਪੂਰਾ ਮਹੀਨਾ ਨਮਾਜ਼ਾਂ ਪੜ੍ਹੀਆਂ, ਹੁਣ ਸਾਨੂੰ ਵੀ ਆਦਤ ਪੈ ਗਈ। ਸੁਬਹਾ ਸੁਬਹਾ ਉੱਠ ਕੇ ਤਹੱਜਦ ਪੜ੍ਹਨ ਆ ਜਾਣੇ ਈਦ ਵਾਲੇ ਦਿਨ, ਲੋਕ ਪੁੱਛਣ ਖੈਰ ਹੈ ਤੂੰ ਕਿੱਧਰ? ਆਖੇ, ਯਾਰ ਬਸ ਪੂਰਾ ਮਹੀਨਾ ਤਹੱਜਦ ਪੜ੍ਹੀਏ, ਰੋਜ਼ਾ ਰੱਖਣ ਵਾਸਤੇ ਉੱਠਦੇ ਸਾਂ, ਤਹੱਜਦ ਪੜ੍ਹਦੇ ਸਾਂ, ਸਾਨੂੰ ਆਦਤ ਪੈ ਗਈ ਤਹੱਜਦ ਦੀ। ਮਜ਼ਾ ਆ ਜਾਏ, ਇਹ ਯਾਰਾਂ ਨੂੰ ਯਾਦ ਰਾਜ਼ੀ ਕਰਦੇ ਹਾਂ, ਬੇਲੀਆਂ ਨੂੰ ਰਾਜ਼ੀ ਕਰਨੇ ਹਾਂ, ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਰਾਜ਼ੀ ਕਰਨਾ ਚਾਹੀਦਾ, ਅੱਲਾਹ ਨੂੰ ਵੀ ਤਾਂ ਰਾਜ਼ੀ ਕਰਨਾ ਚਾਹੀਦਾ, ਜਿਸ ਖੁਦਾ ਨੇ ਸਾਨੂੰ ਇੱਜ਼ਤ ਦਿੱਤੀ ਹੈ, ਭੈਣਾਂ ਭਰਾ ਦਿੱਤੇ ਨੇ, ਦੌਲਤ ਦਿੱਤੀ ਹੈ, ਗੱਡੀਆਂ ਕਾਰਾਂ ਕੋਠੀਆਂ ਹਰ ਸ਼ਾ ਦਿੱਤੀ ਹੈ, ਉਸ ਰੱਬ ਨੂੰ ਵੀ ਰਾਜ਼ੀ ਕਰਨਾ ਚਾਹੀਦਾ। ਇਸ ਵਾਸਤੇ ਰਮਜ਼ਾਨ ਮੁਬਾਰਕ 'ਚ ਇਸੇ ਨੀਅਤ ਦੇ ਨਾਲ ਰੋਜ਼ੇ ਔਰ ਇਬਾਦਤ ਕਰੋ, ਤਾਂ ਕਿ ਦੁਆ ਕਰਕੇ ਇਹ ਨੀਅਤ ਕਰਕੇ, ਯਾ ਅੱਲਾ ਅੱਜ ਤੋਂ ਤੋਬਾ ਕਰਕੇ ਨੇਕ ਅਮਾਲ ਕਰਨ ਲੱਗਾ, ਅੱਜ ਤੋਂ ਬਾਅਦ ਕਦੇ ਵੀ ਗੁਨਾਹਾਂ ਵਾਲੇ ਪਾਸੇ ਨਹੀਂ ਜਾਵਾਂਗਾ ਇਨਸ਼ਾ ਅੱਲਾ।